ਅਫਗਾਨਿਸਤਾਨ ਦੇ ਕਾਬਲ ਵਿੱਚ ਹੋਏ ਫਦਾਇਨ ਹਮਲੇ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਦੇ ਸਿੱਖਾਂ ਦੇ ਦਰਦ ਨੂੰ ਸਭ ਦੇ ਸਾਹਮਣੇ ਲਿਆਂਦਾ ਹੈ। ਇਸ ਦਰਮਿਆਨ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਦੀ ਮੰਗ ਹੈ ਕਿ ਕੈਨੇਡਾ ਸਰਕਾਰ ਉਹਨਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢ ਕੈਨੇਡਾ 'ਚ ਵਸਾਉਣ ਲਈ ਪਹਿਲ ਕਦਮੀ ਵਿਖਾਵੇ। ਇੱਥੇ ਉਹ ਰੋਜ਼ਾਨਾ ਮਾਰੇ ਜਾ ਰਹੇ ਹਨ, ਉਹਨਾਂ ਨੂੰ ਕੈਨੇਡਾ 'ਚ ਸ਼ਰਨ ਦਿੱਤੀ ਜਾਵੇ। ਅਫਗਾਨ ਸਿੱਖ ਸੁਰਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਮੈਂ ਕੈਨੇਡਾ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡਾ ਅਫਗਾਨਿਸਤਾਨ ਵਿੱਚ ਇਹਨਾਂ ਹਾਲਾਤਾਂ ਵਿੱਚ ਰਹਿਣਾ ਸੰਭਵ ਨਹੀਂ ਹੈ। ਉਹਨਾਂ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਸੀਂ ਰੋਜ਼ਾਨਾ ਦਬਕਾਏ ਜਾ ਰਹੇ ਹਾਂ, ਮਾਰੇ ਜਾ ਰਹੇ ਹਾਂ, ਸੋ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਕਿ ਅਸੀਂ ਸਭ ਇੱਥੇ ਮਾਰੇ ਜਾਈਏ, ਇਸ ਵਿਪਤਾ ਦੀ ਘੜੀ ਵਿੱਚ ਸਾਡੀ ਬਾਂਹ ਫੜੋ ਅਤੇ ਸਾਨੂੰ ਇੱਥੋਂ ਕੱਢੋ, ਆਪਣੇ ਮੁਲਕ ਵਿੱਚ ਸ਼ਰਨ ਦੇਵੋ। ਕੈਨੇਡੀ ਦੀ ਸਰਕਾਰ ਕੋਲੋਂ ਸਾਡੀ ਬੇਨਤੀ ਹੈ ਕਿ ਅਸੀਂ ਔਰ ਅਫਗਾਨਿਸਤਾਨ ਵਿੱਚ ਸਾਡਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਹੈ। ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ ਹਾਂ, ਹਰ ਦਿਨ ਅਸੀਂ ਕਤਲ ਆਉਂਦੇ ਹਾਂ, ਹਰ ਦਿਨ ਅਸੀਂ ਤਹਦੀਦ ਆਉਂਦੇ ਹਾਂ, ਹਰ ਦਿਨ ਸਾਨੂੰ ਇੱਥੇ ਲੋਕਾਂ ਤਹਦੀਦ ਕਰਦੇ ਨੇ। ਸਾਡੀ ਬੇਨਤੀ ਹੈ, ਸਾਰੀ ਸੰਗਤ ਤੁਹਾਡੇ ਨਾਲ ਖਲੋਤੀ ਹੋਈ ਹੈ, ਸਾਰੀ ਸੰਗਤ ਦੀ ਇਹੀ ਬੇਨਤੀ ਹੈ ਕਿ ਉਸ ਦਿਨ ਦਾ ਇੰਤਜ਼ਾਰ ਨਾ ਰੱਖੋ ਕਿ ਦੁਬਾਰਾ ਖੁਦਾ ਨਾ ਖਾਸਤਾ ਬਾਜ਼ੀ ਵੇਲਾ ਨਾ ਲਿਆਵੇ, ਸਾਰੀ ਸੰਗਤ ਤਬਾਹ ਹੋਵੇ, ਕਿਸੇ ਹਾਲਤ ਵਿੱਚ ਸਾਨੂੰ ਪਨਾਹ ਦਿਓ। ਇਸ ਦਰਮਿਆਨ ਵਰਲਡ ਸਿੱਖ ਆਰਗੇਨਾਈਜੇਸ਼ਨ ਵੀ ਲਗਾਤਾਰ ਇਹਨਾਂ ਸਿੱਖਾਂ ਨੂੰ ਕੈਨੇਡਾ ਵਿੱਚ ਵਸਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੈਨੇਡੀਅਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੰਗ ਲਈ ਦਬਾਅ ਬਣਾਉਣ ਅਤੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਹਿਣ ਕਿ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਕੈਨੇਡਾ ਵਿੱਚ ਸ਼ਰਨ ਦਿੱਤੀ ਜਾਵੇ। ਸੋ ਇੱਕ ਪਾਸੇ ਭਾਰਤੀ ਅਧਿਕਾਰੀ ਅਫਗਾਨਿਸਤਾਨ ਦੇ ਇਹਨਾਂ ਸਿੱਖ ਭਰਾਵਾਂ ਨੂੰ ਭਾਰਤ ਵਿੱਚ ਸ਼ਰਨ ਦੇਣ ਅਤੇ ਅਫਗਾਨਿਸਤਾਨ ਨਾਲ ਕੂਟਨੀਤਿਕ ਰਿਸ਼ਤਿਆਂ ਦੇ ਬੇਤੁਕੇ ਹਵਾਲੇ ਦੇ ਰਹੇ ਹਨ, ਤਾਂ ਇਸ ਦਰਮਿਆਨ ਉੱਥੇ ਵੱਸਦਾ ਸਿੱਖ ਭਾਈਚਾਰਾ ਵੀ ਭਾਰਤ ਵਿੱਚ ਵਸਣ ਦਾ ਇੱਛੁਕ ਨਹੀਂ ਹੈ, ਕਿਉਂਕਿ ਦਹਾਕਿਆਂ ਤੋਂ ਪਹਿਲਾਂ ਭਾਰਤ ਵਿੱਚ ਆਏ ਅਫਗਾਨ ਮੂਲ ਦੇ ਸਿੱਖਾਂ ਦੀ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਤਾਂ ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ, ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।